ਪੁਲਿਸ ਥਾਣਾ BDB ਦੇ ਅਧੀਨ ਆਉਂਦੇ ਸ਼ੇਰਾਂਵਾਲਾ ਗੇਟ ਵਿਖੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਕਾਰੋਬਾਰ ਨੂੰ ਲੈ ਕੇ ਹੋਟਲ ਮਾਲਕ ਆਪਸ ਵਿੱਚ ਭਿੜ ਗਏ। ਇਸ ਵਿੱਚ 2 ਨੌਜਵਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਸੰਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸੁਰਜੀਤ ਸਿੰਘ ਨੇ ਕਿਹਾ ਕਿ ਕ੍ਰਿਸਟਲ ਹੋਟਲ ਦਾ ਮਾਲਕ ਗੁਰਪ੍ਰਤਾਪ ਸਿੰਘ ਕਾਰੋਬਾਰ ਨੂੰ ਲੈ ਕੇ ਉਹਨਾਂ ਨਾਲ ਰੰਜਿਸ਼ ਰੱਖਦਾ। ਇਸੇ ਨੂੰ ਲੈ ਕੇ ਬੁੱਧਵਾਰ ਦੀ ਦੁਪਹਿਰ 2 ਵਜੇ ਦੇ ਕਰੀਬ ਗੁਰਪ੍ਰਤਾਪ ਸਿੰਘ ਵੱਲੋਂ ਸੰਜੂ ਗੁਰਨਾਮ ਸਿੰਘ ਨਾਲ ਮਿਲ ਕੇ ਉਸ ਦੇ ਲੜਕੇ ਅਮਰਵੀਰ ਸਿੰਘ ਅਤੇ SS ਹੋਟਲ ਦੇ ਮਾਲਕ ਅਮਦੀਪ ਸਿੰਘ ਨੂੰ ਬੁਰੀ ਤਰ੍ਹਾਂ ਨਾਲ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ। ਉੱਥੇ ਉਹਨਾਂ ਨੇ ਦੋਸ਼ਾਂ ਨੂੰ ਨਕਾਰਦੇ ਹੋਏ ਕਿਹਾ ਕਿ ਹੋਟਲ ਵਿੱਚ ਦੇ ਵਪਾਰ ਦਾ ਧੰਦਾ ਕਰਾਉਣ ਨੂੰ ਕਹਿ ਕੇ ਉਹਨਾਂ ਨੂੰ ਝੂਠਾ ਬਦਨਾਮ ਕੀਤਾ ਜਾ ਰਿਹਾ ਹੈ। ਇਸ ਦੀ ਸ਼ਿਕਾਇਤ ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਦੇ ਦਿੱਤੀ ਹੈ ਪਰ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਕੀ ਨਾਮ ਵੀਰ ਜੀ ਤੁਹਾਡਾ? ਸੁਰਜੀਤ ਸਿੰਘ ਜੀ। ਕਿਹੜਾ ਹੋਟਲ? ਅੰਮ੍ਰਿਤਸਰ ਸਿਟੀ। ਕੀ ਮਸਲਾ ਹੈ ਜਿਹੜੀ ਲੜਾਈ ਹੈ ਜੀ? ਮਸਲਾ ਇਹ ਹੋਇਆ ਜੀ, ਜਿਹੜੇ ਕ੍ਰਿਸਟਲ ਹੋਟਲ ਵਾਲੇ ਆ ਅਤੇ ਉਹਨਾਂ ਨੇ ਆ ਬੰਦੇ ਕੁੱਟੇ ਰੱਖੇ ਹੋਏ ਆ, ਉਹ ਬੰਦੇ ਉਹਨੂੰ ਜਦੋਂ ਸਾਡੇ ਹੋਟਲ 'ਚ ਕੋਈ ਵੀ ਬੰਦਾ ਆਉਂਦਾ ਆ ਉਹਨੂੰ ਕੁੱਟਦੇ ਮਾਰਦੇ ਆ ਅਤੇ ਗਲ ਪੈ ਜਾਂਦੇ ਆ। ਮੇਰੇ ਬੇਟੇ ਦੇ ਵੀ ਗਲ ਪਏ। ਕ੍ਰਿਸਟਲ ਹੋਟਲ ਵਾਲੇ ਇੱਕ ਹੈਗਾ ਆ ਬੁੱਢਾ ਆ, ਸਾਬੀ ਆ, ਸੰਜੂ ਆ ਅਤੇ ਨਾਲ ਉਹਦਾ ਭਰਾ ਇੱਕ ਆਉਂਦਾ ਆ ਸ਼ਮਸ਼ੇਰ ਸਿੰਘ ਸ਼ੇਰਾ, ਜਿਹੜਾ ਆਂਟੀ ਬੁੱਢਾ ਸਟਾਫ ਦਾ ਇੰਚਾਰਜ ਲਾਇਆ ਹੋਇਆ ਆ ਉਹ ਨਾਲ ਹੈ। ਅਤੇ ਉਹਨਾਂ ਨੇ ਮੇਰੇ ਹੋਟਲ 'ਚ ਫਿਰ ਮੇਰੇ ਉਹ ਤੋਂ ਬਾਅਦ ਫਿਰ ਮੇਰੇ ਬੇਟੇ ਨੂੰ ਕੱਢ ਕੇ ਕੁੱਟ ਕੇ ਅਤੇ ਕੈਮਰੇ ਤੋਂ ਉੱਲੇ ਨੇ ਕੇ ਫਿਰ ਕੁੱਟਿਆ ਅਤੇ ਸਰਦਾਰ ਅਵਤਾਰ ਸਿੰਘ ASI ਨੇ ਉਹਦੇ ਕੋਲੋਂ ਛਡਾ ਕੇ ਥਾਣੇ ਲੈ ਕੇ ਗਿਆ ਮੇਰੇ ਬੇਟੇ ਨੂੰ ਅਤੇ ਮੇਰੇ ਬੇਟੇ ਦੇ ਯਾਰ। ਪਰ ਉਹ ਆਉਂਦੇ ਜੀ ਸਾਡੇ ਹੋਟਲ ਦੇ ਵਿੱਚ ਆਉਣ ਜਿਹਨਾਂ ਨੇ ਤੋੜ ਭੰਨ ਕੀਤੀ ਹੈ ਅਤੇ ਇਹ ਆ ਗਏ ਸਾਡੇ ਨਾਲ 6 ਮਹੀਨੇ ਸੁਮਨ ਨਾਂ ਦੀ ਕੁੜੀ ਇੱਥੇ ਅੰਦਰ ਬਿਠਾ ਲੈ ਚੜ੍ਹੀ ਆ ਅਤੇ ਮੇਰੇ ਨਾਲ ਜਿਹੜੀ ਇਹ ਗੱਲ ਕਰਦੇ ਆ ਕਿ ਸਾਰੇ ਹੋਟਲ ਵਾਲਿਆਂ ਨੂੰ ਪੁੱਛਣ ਵੀ ਇਹ ਕੰਮ ਹੁੰਦਾ ਆ ਅਤੇ ਜੋ ਮਰਜ਼ੀ ਕਹੀ ਜਾਣ, ਹੁਣ ਇਹ ਬਚਣ ਵਾਸਤੇ ਕੁਛ ਨਾ ਕੁਛ ਦੋਸ਼ ਹੀ ਲਾ ਰਹੇ ਨੇ ਮੇਰੇ। ਮਤਲਬ ਸੱਚਾਈ ਨਹੀਂ ਕਿ ਨਹੀਂ ਸੱਚਾਈ ਹੈ। ਹੁਣ ਕੀ ਮੰਗਾਂ? ਸਾਡੇ ਬੱਚਿਆਂ ਨੂੰ ਸੱਟਾਂ ਲੱਗੀਆਂ ਜੀ, ਵੇਖੋ ਸਾਰਾ ਦਿਮਾਗ ਦੇ ਜਿਹੜਾ ਪੜਦਾ ਪੜ ਗਿਆ, ਸਿਰ ਕੰਨ ਦਾ ਨੱਕ ਸਾਰਾ ਪਾਟਾ ਪਿਆ ਆ, ਹੋਰ ਵੀ ਸੱਟਾਂ ਹੈਗੀਆਂ ਇਹਨਾਂ ਦੇ। ਕੀ ਪੁਲਿਸ ਨੂੰ ਦੱਸਿਆ ਇਸ ਬਾਰੇ? ਅੱਛਾ, ਪੁਲਿਸ ਵਾਲੇ ਨੂੰ ਦੱਸਿਆ, ਪੁਲਿਸ ਵਾਲੇ ਕੋਲ ਡਾਟ ਕਟਵਾਇਆ, ਪੁਲਿਸ ਵਾਲਿਆਂ ਨੇ ਸਾਨੂੰ ਡਾਟ ਕਟਵਾ ਕੇ ਸਿਵਲ ਹੋਸਪਿਟਲ ਭੇਜਿਆ। ਕੀ ਚਾਹੁੰਦੇ ਹੁੰਦੇ? ਮੈਂ ਸਾਰੇ ਇਨਸਾਫ ਚਾਹੁੰਦਾ। ਦੂਜੇ ਪਾਸੇ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਸ਼ੇਰਾਂਵਾਲਾ ਗੇਟ ਵਿਖੇ ਕ੍ਰਿਸਟਲ ਨਾਂ ਦਾ ਹੋਟਲ ਹੈ, ਉਹਨਾਂ ਦੇ ਨਜ਼ਦੀਕੀ ਅੰਮ੍ਰਿਤਸਰ ਸਿਟੀ ਨਾਂ ਦਾ ਹੋਟਲ ਹੈ ਜਿਸ ਨੂੰ ਸੁਰਜੀਤ ਸਿੰਘ ਨਾਮ ਦਾ ਵਿਅਕਤੀ ਚਲਾਉਂਦਾ ਹੈ। ਉਕਤ ਵਿਅਕਤੀ ਹੋਟਲ ਵਿੱਚ ਨਜਾਇਜ਼ ਤੌਰ 'ਤੇ ਦੇ ਵਪਾਰ ਦਾ ਧੰਦਾ ਕਰਵਾ ਰਿਹਾ ਹੈ ਜਿਸ ਦਾ ਉਹ ਅਤੇ ਇਲਾਕਾ ਵਾਸੀ ਵਿਰੋਧ ਕਰਦੇ ਨੇ। ਇਸੇ ਰੰਜਿਸ਼ ਨੂੰ ਲੈ ਕੇ ਆਮਰਾ ਅਤੇ ਅਮਰਵੀਰ ਸਿੰਘ ਨੇ 15-20 ਨੌਜਵਾਨਾਂ ਨੂੰ ਨਾਲ ਲੈ ਕੇ ਤੇਜ਼ ਤਰ੍ਹਾਂ ਹਥਿਆਰ ਨਾਲ ਲੈਸ ਉਹਨਾਂ ਦੇ ਹੋਟਲ ਵਿੱਚ ਦਾਖਲ ਹੋ ਕੇ ਤੋੜਪੰਨ ਕਰਨੀ ਸ਼ੁਰੂ ਕਰ ਦਿੱਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਨੇ ਜਿਸ ਦੀ ਸ਼ਿਕਾਇਤ ਸੰਬੰਧਿਤ ਥਾਣੇ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮੇਰਾ ਨਾਮ ਗੁਰਪ੍ਰਤਾਪ ਸਿੰਘ ਹੈ ਜੀ। ਕਿਹੜਾ ਹੋਟਲ ਜੀ ਆਪਣਾ? ਇਹਦਾ ਹੋਟਲ ਕ੍ਰਿਸਟਲ ਇਨ ਦੇ ਨਾਂ ਤੇ ਜੀ। ਅੱਜ ਜਿਹੜੀ ਲੜਾਈ ਹੋਈ, ਕੀ ਲੜਾਈ ਹੈ ਸਰ? ਲੜਾਈ ਇਹਦੇ ਅੰਦਰ ਇੱਕ ਦਿਨ ਦੀ ਲੜਾਈ ਨਹੀਂ ਹੈਗੀ, ਕਾਫੀ ਦਿਨਾਂ ਤੋਂ ਚੱਲ ਰਹੀ ਸੀਗੀ ਕਿਉਂਕਿ ਇਹਦੇ ਅੰਦਰ ਅਸੀਂ ਕਈ ਵਾਰ ਕੰਪਲੇਂਟ ਵੀ ਕੀਤੀ ਮਹੱਲੇ ਨੇ ਕਿਉਂਕਿ ਮਹੱਲੇ ਨੂੰ ਇੱਕ ਹੋਟਲ ਦਾ ਚਲੋ ਕੋਈ ਪਰੇਸ਼ਾਨੀ ਨਹੀਂ ਹੈਗੀ ਸੀ ਲੇਕਿਨ ਜੋ ਇੱਧਰ ਦੇ ਵਪਾਰ ਦਾ ਧੰਦਾ ਹੁੰਦਾ ਉਹਨੂੰ ਲੈ ਕੇ ਹੀ ਵਾਰ ਵਾਰ ਗੱਲਬਾਤ ਹੁੰਦੀ ਸੀ ਜੀ। ਸਾਡੇ ਬਾਹਰ ਵੀ ਗੁਰਦੁਆਰਾ ਹੈਗਾ ਔਰ ਦਰਬਾਰ ਸਾਹਿਬ ਵੀ ਲੱਗ ਹੈਗਾ ਜਿਹਦੇ ਰਿਲੇਟਡ ਇਹਨਾਂ ਨੇ ਇਹ ਦੇਹ ਵਪਾਰ ਦਾ ਧੰਦਾ ਚਾਲੂ ਕੀਤਾ ਸੀਗਾ, ਅਸੀਂ ਇਹਦਾ ਵਿਰੋਧ ਕੀਤਾ ਸੀਗਾ, ਉਹਦੇ ਕਰਕੇ ਇਹਨਾਂ ਨੇ ਮੁੰਡੇ ਪਵਾਏ। ਕਿੰਨਾ ਨੇ ਕੀਤਾ ਜੀ ਧੰਦਾ? ਕਿਹੜੇ ਹੋਟਲ ਆ ਇਹ? ਸਰ ਅੰਮ੍ਰਿਤਸਰ ਗੈਸਟ ਹਾਊਸ ਅਤੇ SS ਹੋਟਲ ਵਾਲੇ ਹੈਗੇ ਨੇ। ਇੱਕ ਦਾ ਮਾਲਕ ਹੈਗਾ ਜੀ ਅਮਨ, ਇੱਕ ਦਾ ਮਾਲਕ ਹੈਗਾ ਜੀ ਠੇਕੇਦਾਰ। ਠੇਕੇਦਾਰ ਮਤਲਬ ਹੋਟਲ ਮਾਲਕ ਤਾਂ ਅਮੀਰ ਸਿੰਘ ਘੁੱਲੀ ਹੈਗਾ ਲੇਕਿਨ ਉਹਨੇ ਅੱਗੇ ਲੀਜ਼ 'ਤੇ ਦਿੱਤਾ ਆ ਠੇਕੇਦਾਰ ਨੇ। ਸਰ ਕਿੰਨੇ ਚਿਰ ਤੋਂ ਚੁੱਕਾ ਰਿਹਾ ਧੰਦਾ ਇਹ? ਸਰ ਜਦੋਂ ਦਾ ਹੋਟਲ ਬਣਿਆ ਇਹਨੂੰ ਸਾਲ ਕੁ ਹੋ ਗਿਆ ਜੀ, ਜਦ ਦਾ ਬਣਿਆ ਉਦੋਂ ਦਾ ਇਹਨਾਂ ਦਾ ਕੰਮ ਹੀ ਇਹੀ ਗਾ, ਇਹਨਾਂ ਨੇ ਕੰਮ ਨੂੰ ਰੋਕਿਆ ਨਹੀਂ ਗਾ, ਇਹਨਾਂ ਨੇ ਕੰਮ ਨੂੰ ਵਧਾਇਆ ਹੀ ਹੈ ਜੀ। ਸਰ ਕਈ ਵਾਰੀ ਅਸੀਂ ਮਤਲਬ ਇੱਧਰ ਇੱਕ ਦੋ ਵਾਰੀ ਹੋਈ ਵੀ ਸੀ, ਰੇਡ ਵੀ ਹੋਈ ਸੀਗੀ ਜਿਹਦੇ ਕਰਕੇ ਇਹਨਾਂ ਨੇ ਇਹਨਾਂ ਕਰਕੇ ਸਾਨੂੰ ਹੀ ਹਰਾਸਮੈਂਟ ਕੀਤਾ ਗਿਆ ਸੀਗਾ। ਅਸੀਂ IDs ਦੇ ਉੱਤੇ ਕਮਰੇ ਦਿੰਦੇ ਹਾਂ, ID ਤੋਂ ਬਗੈਰ ਅਸੀਂ ਕਮਰੇ ਕਿਸੇ ਨੂੰ ਨਹੀਂ ਦਿੰਦੇ ਜੀ। ਅੱਜ ਜੋ ਹੋਇਆ ਉਹ ਦੱਸੋ। ਅੱਜ ਸਰ ਇਹਨਾਂ ਨੇ 15-20 ਮੁੰਡੇ ਲਿਆ ਕੇ ਅਤੇ ਸਾਡੇ ਨਾਲ ਇੱਥੇ ਗੁੰਡਾਗਰਦੀ ਕੀਤੀ ਹੈ ਔਰ ਆ ਕੇ ਸਾਨੂੰ ਇਹਨਾਂ ਨੇ ਧਮਕੀਆਂ ਦਿੱਤੀਆਂ
ਕਿ ਅਸੀਂ ਤੁਹਾਨੂੰ ਚੁੱਕ ਕੇ ਲੈ ਕੇ ਜਾਣਾ ਆਪਣੇ ਪਿੰਡ ਲੈ ਕੇ ਇਹਨੂੰ ਦੱਸਾਂਗੇ ਬੁੱਗੇ ਨੂੰ ਕਿ ਬੰਦਾ ਕੀ ਤੇਰੇ ਨਾਲ। ਕਾਰਨ ਸਰ ਅਸੀਂ ਰੋਕਦੇ ਹਾਂ ਦੇਹ ਵਪਾਰ ਨੂੰ, ਅਸੀਂ ਰੋਕਦੇ ਹਾਂ ਕਿ ਉਹਦੇ ਅਕੋਰਡਿੰਗ ਚੱਲ ਰਹੇ ਜੀ। ਕਿੰਨੇ ਬੰਦੇ ਸੀ ਸਰ? ਇਹ 15 ਤੋਂ 16 ਬੰਦੇ ਹੈਗੇ ਸੀਗੇ ਜੀ, 12 ਤੋਂ 15 16 ਜਿੰਨੇ ਵੀ ਹੈਗੇ ਸੀ। ਇਹ ਮੇਨ ਬੰਦੇ ਜਿਹੜੇ ਇੱਧਰ ਆਉਂਦੇ ਸੀ, ਅਸੀਂ ਉਹਨਾਂ ਨੂੰ ਜਾਣਦੇ ਹਾਂ। ਉਹ ਬੰਦੇ ਸਰ ਇੱਕ ਅਮਨ ਹੈਗਾ ਸੀਗਾ, ਇੱਕ ਅਮਰਵੀਰ ਹੈਗਾ ਸੀਗਾ ਜੀ। ਹਥਿਆਰ ਸਰ ਵੈਪਨ ਤੁਹਾਨੂੰ ਇੱਕ ਅੱਧੇ ਦਿਖਾ ਹੀ ਦਿੱਤਾ, ਇਹਨਾਂ ਦੇ ਕੋਲ ਵੈਪਨ ਲੱਗੇ ਵੀ ਹੋ ਸਕਦੇ ਨੇ। ਹਾਂਜੀ ਚਲੋ ਜੋ ਵੀ ਹੈ ਸਰ, ਜੋ ਵੀ ਹੈ। ਹਾਂਜੀ ਇਸ ਬਾਰੇ ਪੁਲਿਸ ਨੂੰ ਦੱਸਿਆ? ਅਸੀਂ ਪੁਲਿਸ ਨੂੰ ਦੱਸ ਕੇ ਆਏ ਹਾਂ ਜੀ, ਹੁਣ ਜੋ ਵੀ ਗੱਲਬਾਤ ਹੋਈ ਹੈ, ਕਿਉਂਕਿ ਮੌਕਾ ਮਿਲਿਆ ਨਹੀਂ ਹੈ। ਇਹ ਸਾਡੇ ਤੋਂ ਪਹਿਲੇ ਉੱਥੇ ਪਹੁੰਚ ਗਏ ਨੇ ਔਰ ਇਹਨਾਂ ਨੇ ਆਪਣੀਆਂ ਜੋ ਵੀ ਗੱਲਾਂ ਬਾਤਾਂ ਹੈਗੀਆਂ ਸੀ ਉੱਥੇ ਜਾ ਕੇ ਦੱਸੀਆਂ, ਝੂਠੀਆਂ ਸੱਚੀਆਂ। ਅਤੇ ਅਸੀਂ ਲੋਕਾਂ ਨੇ ਮੁਹੱਲੇ ਨੂੰ ਨਾਲ ਲੈ ਕੇ ਗਏ ਹਾਂ, ਦੱਸ ਕੇ ਆਏ ਜੀ। ਅਸੀਂ ਚਾਹੁੰਦੇ ਜੀ ਇਹ ਜੋ ਕੰਮ ਕਰਦੇ ਪਏ ਨੇ ਇਹਨੂੰ ਬੰਦ ਕਰਨ, ਅਸੀਂ ਇਹ ਕੰਮ ਇੱਥੇ ਹੋਣ ਨਹੀਂ ਦੇਣਾ ਜੀ। ਬਿਲਕੁਲ ਇਸ ਸੰਬੰਧੀ ਮੈਡੀਕਲ ਕਰਾਉਣ ਆਏ ਪੁਲਿਸ ਮੁਲਾਜ਼ਮ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਦੋਹਾਂ ਧਿਰਾਂ ਦੀਆਂ ਸ਼ਿਕਾਇਤਾਂ ਆ ਗਈਆਂ ਨੇ, ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਜੀ ਤੁਹਾਡਾ ਨਾਂ? ਅੰਮ੍ਰਿਤਸਰ ਸੀ ਡੀ ਜੀ। ਅੱਛਾ ਜੀ। ਅਮਰਦੀਪ ਸਿੰਘ ਤੁਹਾਨੂੰ ਸੇਵਾ ਸਿੰਘ ਜੀ, ਅਮਰਦੀਪ ਸਿੰਘ ਲੱਗੀ ਹੈ। ਅੱਛਾ ਜੀ। ਅਤੇ ਦੂਜਾ ਅਮਰਵੀਰ ਸਿੰਘ ਜੀ, ਤੁਹਾਨੂੰ ਸੁਰਜੀਤ ਸਿੰਘ, ਉਹਦੇ ਸੱਟਾਂ ਲੱਗੀ, ਉਹਦੇ ਬਾਅਦ ਲੱਗੀ ਹੈ ਲੱਤ ਸਰ ਨੇ। ਕੀ ਲੜਾਈ ਦੱਸਿਆ ਵੈਸੇ ਇਹਨਾਂ ਨੇ? ਇਹਨਾਂ ਦੀ ਆਪਾਂ ਵੀ ਲੱਗੀ, ਪਹਿਲਾਂ ਵੀ ਝਗੜਾ ਹੋਇਆ। ਦੂਜੇ ਵੀ ਹੋਟਲ ਆ ਰਹੀ ਹੈ? ਹਾਂਜੀ ਦੂਜੇ ਵੀ ਹੋਟਲ ਆ ਰਹੀ ਹੈ। ਅਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ? ਪੁਲਿਸ ਤੋਂ ਰਿਪੋਰਟ ਆਊਗੀ ਅਤੇ ਸਿਰੇ ਕਾਰਵਾਈ ਕਰਾਂਗੇ ਜੀ, ਮੈਡੀਕਲ ਕਰਾ ਰਹੇ ਜੀ। ਠੀਕ ਹੈ ਜੀ।